ਇਹ ਤਿੱਤਲੀ ਇੰਨੀ ਖੂਬਸੂਰਤ ਹੈ, ਤੁਸੀਂ ਇਸ ਨੂੰ ਆਪਣੇ ਰਾਈਟਿੰਗ ਟੇਬਲ ਉੱਤੇ ਰੱਖ ਸਕਦੇ ਹੋ। ਇਸ ਲਈ ਤੁਹਾਡੀ ਸੀਡੀ ਟ੍ਰਾਂਸਪੇਰੈਂਸੀ ਅਤੇ ਰੰਗ ਬਿਰੰਗੇ ਕਾਗਜ਼ ਦੀ ਬੜੀ ਸੋਹਣੀ ਜਿਹੀ ਤਿੱਤਲੀ ਚਾਹੀਦੀ ਹੈ। ਤੁਸੀਂ ਟ੍ਰਾਂਸਪੇਰੈਂਸੀ ਦੀ 4 mm ਚੌੜੀ ਅਤੇ ਲੰਬੀ ਪੱਟੀ ਕੱਟੋ ਅਤੇ ਉਸ ਨੂੰ ਤਿੱਤਲੀ ਦੇ ਪਿਛਲੇ ਹਿੱਸੇ 'ਤੇ ਟੇਪ ਨਾਲ ਚਿਪਕਾ ਦਵੋ। ਟ੍ਰਾਂਸਪੇਰੈਂਸੀ ਦਾ ਦੂਸਰਾ ਸਿਰਾ ਸੀਡੀ ਦੇ ਪਿਛਲੇ ਪਾਸੇ ਟੇਪ ਨਾਲ ਚਿਪਕਾ ਦਵੋ। ਹੁਣ ਸੀਡੀ ਨੂੰ ਉਲਟਾ ਕਰੋ ਅਤੇ ਪੱਟੀ ਨੂੰ ਹਲਕਾ ਜਿਹਾ ਦਬਾਅ ਦਵੋ, ਜਿਸ ਨਾਲ ਇਹ ਤਿੱਤਲੀ ਸੀਡੀ ਦੇ ਮੰਡਰਾਉਂਦੀ ਰਹੇ। ਜੇ ਹਵਾ ਚੱਲੇਗੀ ਤਾਂ ਇਹ ਤਿੱਤਲੀ ਹਿੱਲੇਗੀ। ਹੁਣ ਕਾਗਜ਼ 'ਤੇ ਗੁਲਾਬ ਦਾ ਫੁੱਲ ਅਤੇ ਪੱਤੀਆਂ ਬਣਾਓ ਅਤੇ ਉਸ ਨੂੰ ਸੀਡੀ 'ਤੇ ਚਿਪਕਾ ਦਵੋ। ਹੁਣ ਬਟਰਫਲਾਈ ਗੁਲਾਬ ਦੇ ਫੁੱਲ ਉੱਤੇ ਮੰਡਰਾਉਂਦੀ ਨਜ਼ਰ ਆਵੇਗੀ।